नर अचेत पाप ते डर नर अचेत पाप ते डर पाप थे डर रे पाप थे डर रे डर अच्छे पाप थे डर रे डर अच्छे पाप ते डर रे दीन दयाल दीन दयाल सगल भय भंजन दीन दयाल सगल भय शरण ताहे तुम पर शरण ताहे तुम पर पाप ते डर रे डर अच्छे पाप ते डर रे वेद पुराण जश गुण गावत वेद पुराण जश गुण गावत को नाम हिये बधरिये ताको नाम हिये बधरिये नर अच्छे पाप ते डर रे नर अच्छे पाप ते डर
नर अचेत पाप ते डर रे Thank you.
प्रभु साथ रे का भाव साथ रे का पार उतर रे भाव साथ रे का पार उतर रे नर अच्छे नर अच्छे पापते कर रे नर अच्छे पापते नर अचेत नर अचेत पाप ते डर रे दीन दयाल सगल भय भंजन दीन दयाल सगल भय भंजन शरण ताहे तुम पर रे शरण ताहे तुम पर वेद पुराण जास गुण गावे वेद पुराण जास गुण गाव ताको नाम ये बोधर रे पौन नाम पौन नाम जगत में हर को पावन नाम जगत में हर का सिमर सिमर कसमल सब हर रे मानस दे बहुर ने पावे मानस दे बहुर ने पावे कछु उपाव मुक्त कर रे नर अचेत पापते डर रे त्रिगत जून अचेत मानस जन्म अमोलक पाया त्रिगद जन्म अने त्रिगद जोन अचेत चार पाव चार पाव दोए सिंह गुंग मुख त्रिगत जोन अचे
चेत त्रिगत जोन अचेत चार पाव दोए सिंह गोंग मुख तब कैसे गुण गई है उठत बैठत ठेका पर है तब कत मूंड लुकई है मानस जन्म बहुर नहीं पावे हर बिन हर बिन बैल बिराने हुई है शुक्र कर तेनु चेतना मिली है ते नहीं ता त्रिगत जोन अचेत संभव त्रिगत जोन जड़े ने उना दा अचेत होना संभव है हो सकता है संभव मतलब हुंदा है हो सकना संभावना तो बन लफ़ संभव बने है आपा कहना मैनु संभावना है आ कुछ हो सकता है ते गुरु कहंदे ने त्रिगत जोन अचेत संभव पुन पाप असोच संभावना है संभव है हो सकता है ओ पुन पाप दा फर्क समझे ही ना तैनु चेतना मिली है उन्हनु नहीं मिली संभव है हो सकता है ओ पुन पाप दा फर्क ना समझन पाप भी करी जान मनुख नू पछाण लई दो चीजां तां इकट्ठियां मिलियां ने सुख मिलिया नाल दुख भी मिलिया दोनों चीजां संसार ते ने गुरु कहंदे ने सुख दुख दोए दार कपड़े ਜਿਵੇਂ ਕੱਪੜੇ ਬਦਲੀਦੇ ਨੇ ਇਸੇ ਤਰ੍ਹਾਂ ਸੁੱਖ ਤੇ ਦੁੱਖ ਵੀ ਜੀਵਨ ਵਿੱਚ ਬਦਲਦਾ ਰਹਿੰਦਾ ਹੈ ਇਕੱਲਾ ਸੁੱਖ ਹੋਵੇ ਰੋਗ ਬਣ ਜਾਂਦਾ ਹੈ ਦੁੱਖ ਦਾਰੂ ਸੁੱਖ ਰੋਗ ਭਇਆ ਇਕੱਲਾ ਸੁੱਖ ਦੁਨੀਆਂ ਅੰਦਰ ਨਿਰੰਕਾਰ ਨੇ ਕੈਸਾ ਕ੍ਰਿਸ਼ਮਾ ਵਰਤਿਆ ਹੈ ਹਰ ਇੱਕ ਚੀਜ਼ ਦਾ ਵਿਰੋਧੀ ਤੱਤ ਇੱਕ ਸਾਹਮਣੇ ਰੱਖ ਦਿੱਤਾ ਤਾਂ ਕਿ ਮਨੁੱਖ ਦੀ ਚੇਤਨਾ ਜਾਗਦੀ ਰਹੇ ਉਹਨਾਂ ਵਿੱਚੋਂ ਪਛਾਣ ਕਰ ਸਕੇ ਜਿੱਥੇ ਹੋਵੇ ਹੀ ਇੱਕ ਚੀਜ਼ ਮਨੁੱਖ ਅਵੇਸਲਾ ਹੋ ਜਾਏਗਾ ਮੈਂ ਕਈ ਵਾਰ ਅਰਜ਼ ਕਰਨਾ ਆਪਾਂ ਗੱਡੀ ਚਲਾਉਂਦੇ ਹੋਏ ਡਰਾਈਵ ਕਰਦੇ ਹੋਏ ਜਾਂ ਪੈਦਲ ਤੁਰਦੇ ਹੋਏ ਕਿਸੇ ਮੰਜ਼ਿਲ ਵੱਲ ਵੱਧ ਰਹੀਏ ਅਤੇ ਰਸਤਾ ਇੱਕੋ ਹੀ ਹੋਵੇ ਬੜੀ ਬੇਫਿਕਰੀ ਨਾਲ ਤੁਰੇ ਜਾਈਦਾ ਰਸਤੇ ਅਤੇ ਜੇ ਅੱਗੇ ਚੁਰਸਤਾ ਆ ਜਾਏ ਮਨੁੱਖ ਦੇ ਕਦਮ ਸੁਸਤ ਹੋ ਜਾਂਦੇ ਨੇ ਗੱਡੀ ਨੂੰ ਵੀ ਬ੍ਰੇਕ ਲੱਗ ਜਾਂਦੀ ਹੈ ਕਿਉਂ ਕਿਉਂਕਿ ਚੁਰਸਤੇ ਦੇ ਭਾਵੇਂ ਚਾਰ ਕਦਮ ਨੇ ਚੁਰਸਤਾ ਬਹੁਤ ਲੰਬਾ ਮਨੁੱਖ ਮੀਲਾਂ ਤੱਕ ਸਫ਼ਰ ਕਰਕੇ ਆਇਆ ਉਹਨਾਂ ਚੇਤਨਤਾ ਦੇ ਅਧੀਨ ਨਹੀਂ ਸੀ ਪਰ ਉਹ ਚੁਰਸਤੇ ਦੇ ਚਾਰ ਕਦਮ ਜਿਹੜੇ ਨੇ ਉਹਨੂੰ ਫਿਕਰ ਵਿੱਚ ਪਾ ਦੇ ਮਤ ਕਿਤੇ ਮੇਰਾ ਇੱਥੇ ਭੁੱਲ ਜਾਵਾਂ ਕਿਤੇ ਕਿਸੇ ਹੋਰ ਰਸਤੇ ਪੈ ਜਾਵਾਂ ਕਿਉਂਕਿ ਦੋ ਚਾਰ ਰਸਤੇ ਨੇ ਭੁੱਲ ਸਕਦਾ ਮਨਮੁੱਖ ਭੁੱਲਾ ਬਹੁਤ ਹੀ ਰਾਹੀਂ ਜਿੱਥੇ ਵੀ ਬਹੁਤੇ ਰਾਹ ਹੋਣਗੇ ਉੱਥੇ ਹੀ ਭੁੱਲ ਹੋਏਗੀ
ਸੁੰਦਰ ਐਗਜ਼ਾਮਪਲ ਹੈ ਗੁਰੂ ਜੀ। ਕਹਿੰਦੇ ਨੇ ਮੇਰੇ ਮਾਲਕ ਨੇ ਤੇਰੀ ਚੇਤਨਾ ਨੂੰ ਜਿਹੜੀ ਤੈਨੂੰ ਸਭ ਤੋਂ ਗਨੀਮਤ ਚੀਜ਼ ਮਿਲੀ ਹੈ ਉਹ ਹੈ ਚੇਤਨਾ। ਜਦੋਂ ਚੇਤਨਾ ਖਤਮ ਹੁੰਦੀ ਹੈ ਮਨੁੱਖ ਦਾ ਜੀਵਨ ਹੀ ਖਤਮ ਹੋ ਜਾਂਦਾ ਹੈ। ਅਹਿਸਾਸ ਹੀ ਸਾਰਾ ਚੇਤਨਾ ਵਿੱਚ ਹੈ, ਚੇਤਨਾ ਨੂੰ ਹੀ ਜੀਉ ਆਖਦੇ ਨੇ। ਜਦੋਂ ਜੀਉ ਚਲਾ ਜਾਂਦਾ ਸਾਰਾ ਅਹਿਸਾਸ ਖਤਮ ਹੋ ਜਾਂਦਾ ਹੈ। ਪਿਛਲੇ ਦਿਨਾਂ 'ਚ ਪਿਛਲੀ ਵਾਰ ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਹੀ ਆਇਆ ਸੀ, ਮਨ ਰੇ ਕਹਾਂ ਭਇਓ ਤੈਂ ਬੌਰਾ। ਉੱਥੇ ਬੌਰਾ ਦਾ ਮਤਲਬ ਹੀ ਇਹੀ ਇਹ ਸੀ ਕਿ ਜਿੱਥੇ ਚੇਤਨਾ ਖਤਮ ਹੋ ਜਾਏ, ਉਹਨੂੰ ਪਛਾਣ ਹੀ ਖਤਮ ਹੋ ਜਾਂਦੀ, ਉਹਨੂੰ ਪਤਾ ਹੀ ਕੁਝ ਨਹੀਂ, ਅਹਿਸਾਸ ਹੀ ਖਤਮ ਹੁੰਦਾ ਹੈ। ਰੋਟੀ ਖਾ ਰਿਹਾ ਪਰ ਸਵਾਦ ਦਾ ਕੋਈ ਪਤਾ ਨਹੀਂ, ਰਸ ਕੋਈ, ਚੇਤਨਾ ਖਤਮ ਹੋ ਗਈ। ਅਤੇ ਇੱਥੇ ਹੁਣ ਸਿੱਧਾ ਲਫ਼ਜ਼ ਚੇਤਨਾ 'ਤੇ ਆ ਗਏ ਨੇ। ਸਬਜੈਕਟ ਉਹੋ ਹੀ, ਅੱਗੇ ਤੁਰਨਾ ਹੈ ਆਪਾਂ। ਚੇਤਨਾਹੀਨ ਹੋ ਜਾਣਾ ਸਭ ਤੋਂ ਵੱਡਾ ਦੁੱਖ, ਕਿਉਂਕਿ ਨਿਰੰਕਾਰ ਨੇ ਤੈਨੂੰ ਚੇਤਨਾ ਦਿੱਤੀ ਹੈ, ਤੂੰ ਹਰ ਕਦਮ 'ਤੇ ਪਛਾਣੇ। ਮੈਂ ਇੱਕ ਵਾਰ ਕੀਤੀ ਸੀ, ਪਛਾਣ ਸ਼ਕਤੀ ਮਨੁੱਖ ਨੂੰ ਮਿਲੀ ਹੈ ਜਿਹੜੀ ਹਰ ਵਕਤ ਲੋੜ ਹੈ। ਐਗਜ਼ਾਮਪਲ ਕੀ ਸੀ, ਇੱਥੋਂ ਉਤਰਨਾ ਹੈ, ਤੁਸੀਂ ਆਪਣਾ ਜੋੜਾ ਪਛਾਣਨਾ, ਨਹੀਂ ਤਾਂ ਭੁੱਲ ਗਏ ਕਿਸੇ ਹੋਰ ਦਾ ਜੋੜਾ ਪਾਉਣ ਲੱਗ ਪਏ। ਉੱਥੋਂ ਬਾਹਰ ਨਿਕਲਣਾ ਆਪਣੀ ਗੱਡੀ ਪਛਾਣਨੀ, ਜੇ ਕਿਸੇ ਹੋਰ ਦੀ ਗੱਡੀ ਨਿਚਾਬੀ ਲਾਉਣ ਲੱਗ ਪਏ। ਮਨੁੱਖ ਦੇ ਹਰ ਕਦਮ 'ਤੇ ਚੇਤਨਾ ਦੀ ਲੋੜ ਹੈ, ਚੇਤਨਾ ਗਈ ਸਭ ਕੁਝ ਗਿਆ। ਤੇ ਨਿਰੰਕਾਰ ਨੇ ਉਸ ਚੇਤਨਾ ਨੂੰ ਜਾਗਦੇ ਰੱਖਣ ਲਈ, ਜਿਵੇਂ ਚੁਰਸਤੇ 'ਤੇ ਆ ਕੇ ਮਨੁੱਖ ਦਾ ਧਿਆਨ ਚੇਤਨ ਵਿੱਚ ਹੋ ਜਾਂਦਾ, ਜਾਗਦਾ ਰਹਿਣਾ, ਕਿਉਂਕਿ ਦੋ ਰਸਤੇ ਨੇ। ਇੱਥੇ ਹੁਣ ਸੁਚੇਤ ਹੋਣ ਦੀ ਲੋੜ ਹੈ, ਕਿਹੜਾ ਰਸਤਾ ਮੇਰਾ ਹੈ। ਤੇ ਮੇਰੇ ਮਾਲਕ ਨੇ ਤੇਰੇ ਸਾਹਮਣੇ ਹਰ ਕਦਮ 'ਤੇ ਦੋ ਰਸਤੇ ਰੱਖ ਦਿੱਤੇ ਨੇ, ਸੁੱਖ ਦੇ ਨਾਲ ਦੁੱਖ, ਦਿਨ ਦੇ ਚੰਨ ਨਾਲ ਰਾਤ ਦਾ ਅੰਧੇਰਾ ਹੈ। ਹਾਲਾਂਕਿ ਰਾਤ ਦਾ ਅੰਧੇਰਾ ਮਨੁੱਖ ਚਾਹੁੰਦਾ ਨਹੀਂ, ਇਸ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਮਨੁੱਖ ਸਮਝਦਾ ਵੀ ਚਲੋ ਲੋੜ ਕੋਈ ਨਹੀਂ, ਕੰਮ 'ਤੇ ਕੋਈ ਕਰ ਨਹੀਂ ਸਕਣਾ, ਚਲੋ ਸੌਂ ਜਾਓ, ਇਹਨੇ ਸੌਣ ਲਈ ਨਿਸ਼ਚਿਤ ਕਰ ਲਿਆ ਰਾਤ ਦਾ ਅੰਧੇਰਾ। ਅਤੇ ਨਹੀਂ ਤਾਂ ਜਿਹਨੂੰ ਜਾਗਣਾ ਪੈ ਜਾ ਨਾ ਰਾਤ ਨੂੰ, ਉਹਨੂੰ ਲਾਈਟ ਦੀ ਲੋੜ ਹੈ। ਰਾਤ ਨੂੰ ਸਫ਼ਰ ਕਰਦੀਆਂ ਨੇ ਗੱਡੀਆਂ, ਹੈੱਡਲਾਈਨ ਲਾਈਟ ਜਗਾਉਣੀ ਪੈਂਦੀ ਹੈ, ਚਾਨਣ ਦੀ ਲੋੜ ਹੈ। ਚਾਨਣ ਮਨੁੱਖ ਦੇ ਜੀਵਨ ਦਾ ਹਿੱਸਾ ਹੈ, ਅੰਧੇਰਾ ਨਹੀਂ, ਅੰਧੇਰਾ ਬਿਲਕੁਲ ਨਹੀਂ, ਮਨੁੱਖ ਚਾਹੁੰਦਾ ਵੀ ਨਹੀਂ, ਪਰ ਹੈ। ਦਿਨ ਦੇ ਨਾਲ ਰਾਤ ਬਣਾ ਦਿੱਤੀ ਹੈ ਤਾਂ ਕਿ ਮਨੁੱਖ ਨੂੰ ਦਿਨ ਦੇ ਚਾਨਣ ਦੀ ਕੀਮਤ ਦਾ ਪਤਾ ਲੱਗ ਜਾਏ, ਵੈਲਿਊ ਦਾ ਪਤਾ ਲੱਗ ਜਾਏ ਵੀ ਚਾਨਣ ਕੀ ਚੀਜ਼ ਹੁੰਦਾ ਹੈ, ਰਾਤ ਨੂੰ ਕੀ ਹੈ, ਠੇਡੇ ਨੇ, ਕੋਈ ਕਾਰੋਬਾਰ ਨਹੀਂ ਚੱਲ ਸਕਦਾ, ਉੱਥੇ ਚਾਨਣ ਕਰਨਾ ਪਏਗਾ। ਜਿਹੜੀਆਂ ਰਾਤ ਨੂੰ ਫੈਕਟਰੀਆਂ ਚੱਲਦੀਆਂ ਹੁੰਦੀਆਂ, ਉਹਨੂੰ ਉੱਧਰ ਲਾਈਟ ਬੰਦ ਹੋ ਜਾਏ ਉਹ ਵੀ ਚੱਲ ਸਕਣਗੀਆਂ। ਇਸ ਲਈ ਮਨੁੱਖ ਦੇ ਜੀਵਨ ਦਾ ਸਾਰਾ ਆਧਾਰ ਤਾਂ ਚਾਨਣ ਸੀ, ਪਰ ਨਾਲ ਅੰਧੇਰਾ ਬਣ ਗਿਆ, ਤਾਂ ਕਿ ਮਨੁੱਖ ਨੂੰ ਪਛਾਣ ਅਤੇ ਵੈਲਿਊ ਦਾ ਪਤਾ ਲੱਗ ਜਾਏ ਰਾਤ ਅਤੇ ਦਿਨ ਵਿੱਚ ਕੀ ਫਰਕ ਹੈ। ਸੱਚ ਦੇ ਨਾਲ ਝੂਠ ਬਣਾ ਦਿੱਤਾ, ਅੰਮ੍ਰਿਤ ਦੇ ਨਾਲ ਜ਼ਹਿਰ ਬਣਾ ਦਿੱਤੀ, ਨੇਕੀ ਨਾਲ ਬਦੀ ਬਣਾ ਦਿੱਤੀ। ਹਾਲਾਂਕਿ ਬਦੀ ਨੂੰ ਕੋਈ ਵੀ ਪਸੰਦ ਨਹੀਂ ਕਰਨਾ, ਆਪਾਂ ਆਖੀਏ ਫਲਾਣਾ ਆਦਮੀ ਬੜਾ ਵਾਧਾ ਹੈ, ਮਨੁੱਖ ਦਾ ਦੋਸਤ ਨਹੀਂ ਬਣਦਾ, ਬਦੀ ਨੂੰ ਪਸੰਦ ਨਹੀਂ ਕਰ, ਪਰ ਹੈ। ਅੰਧੇਰੇ ਨੂੰ ਪਸੰਦ ਨਹੀਂ ਕਰਦਾ, ਪਰ ਹੈ। ਝੂਠ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਪਰ ਹੈ।
ਇਹ ਦੋ ਚੀਜ਼ਾਂ ਆਹਮੋ ਸਾਹਮਣੇ ਕਿਉਂ ਰੱਖ ਦਿੱਤੀਆਂ? ਤਾਂ ਕਿ ਮਨੁੱਖ ਦੀ ਚੇਤਨਾ ਜਾਗ ਪਵੇ, ਹਨੇਰਾ ਹਮੇਸ਼ਾ ਸੋਚੇ ਵੀ ਆਹ ਕੰਮ ਜਾਇਜ਼ ਹੈ, ਆਹ ਨਜਾਇਜ਼, ਆਹ ਮੈਨੂੰ ਲੋੜ ਹੈ, ਆਹ ਬੇਲੋੜ ਹੈ, ਇਹਦਾ ਅਰਥ ਹੈ, ਆਹ ਬੇਅਰਥ ਹੈ। ਮਨੁੱਖ ਦੀ ਸੋਚ ਅਤੇ ਜਦੋਂ ਚੇਤਨਾ ਖਤਮ ਹੋ ਗਈ ਉਦੋਂ ਕੀ ਹੋਏਗਾ? ਮਨੁੱਖ ਸੋਚ ਨਹੀਂ ਸਕੇਗਾ। ਲਓ ਇੱਥੇ ਰੁਕਣਾ ਚਾਹੁੰਦਾ, ਜਦੋਂ ਚੇਤਨਾ ਖਤਮ ਹੁੰਦੀ ਹੈ ਨਾ, ਕਿਉਂਕਿ ਚੇਤਨਾ ਨੇ ਫੈਸਲਾ ਕਰਨਾ ਦੋਵਾਂ ਵਿੱਚੋਂ, ਚੰਗਾ ਕੀ ਹੈ, ਮੰਦਾ ਕੀ, ਨੇਕੀ ਕਿਹੜੀ ਹੈ, ਬਦੀ ਕਿਹੜੀ ਹੈ, ਆਪਣਾ ਕਿਹੜਾ, ਬੇਗਾਨਾ ਕਿਹੜਾ ਹੈ। ਪਿਛਲੀ ਵਾਰ ਗੁਰਬਾਣੀ ਦਾ ਇੱਕ ਲਫ਼ਜ਼ ਆਇਆ ਸੀ ਕਿ ਜਦੋਂ ਚੇਤਨਾ ਖਤਮ ਹੁੰਦੀ ਕੀ ਹੈ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਗੁਰਬਾਣੀ ਕਹਿੰਦੀ ਹੈ। ਪਰ ਕੀ ਕਹੋ ਆਪਣੀ ਕਹੇ ਆਪਣੋ ਨਿਭਾਇਆ, ਮਿੱਠੇ ਕੋ ਕੌੜਾ ਕਹੇ ਕੜੂਏ ਕੋ ਮਿੱਠਾ। ਚੇਤਨਾ ਖਤਮ ਹੋ ਗਈ ਤੇ ਗੁਰੂ ਨੇ ਆਪਣੀ ਰਸਨਾ ਤੋਂ ਆਖ ਦਿੱਤਾ, ਕਹਿਣ ਲੱਗੇ ਜਿੱਥੇ ਅੰਧੇਰਾ ਤੇ ਚਾਨਣ ਦਾ ਮਸਲਾ ਹੈ, ਜਿੱਥੇ ਨੇਕੀ ਤੇ ਬਦੀ ਦਾ, ਸੱਚ ਤੇ ਝੂਠ ਦਾ, ਅੰਮ੍ਰਿਤ ਤੇ ਜ਼ਹਿਰ ਦਾ ਮਸਲਾ ਹੈ, ਉੱਥੇ ਤੈਨੂੰ ਚੇਤਨਾ ਦੀ ਲੋੜ ਹੈ। ਤੈਨੂੰ ਮਿਲੀ ਹੈ, ਸ਼ੁਕਰ ਕਰ ਉਸ ਮਾਲਕ ਦਾ, ਤੈਨੂੰ ਮਿਲੀ ਹੈ। ਨਹੀਂ ਤਾਂ ਤ੍ਰਿਗਤ ਜੂਨ ਜਿਹੜੇ ਨੇ ਉਹ ਅਚੇਤ ਨੇ, ਸੰਭਵ ਹੈ ਉਹ ਪਛਾਣ ਨਾ ਕਰ ਸਕਣ। ਤ੍ਰਿਗਤ ਜੂਨ ਅਚੇਤ, ਸੰਭਵ ਪੁੰਨ ਪਾਪ ਆ ਸੋਚ, ਇਹ ਸੰਭਾਵਨਾ ਹੈ, ਹੋ ਸਕਦਾ ਉਹ ਵਿਚਾਰ ਨਾ ਕਰ ਸਕਣ। ਪੁੰਨ ਪਾਪ ਆ ਸੋਚ, ਮਨਸਾ ਮਨੁੱਖਾ ਅਵਤਾਰ ਦੁਰਲਭ, ਤੈਨੂੰ ਮਨੁੱਖਾ ਜਨਮ ਮਿਲਿਆ ਜਿਹੜਾ ਦੁਰਲਭ ਹੈ। ਮਨੁੱਖ ਜਨਮ ਦੁਲੰਭ ਹੈ, ਹੋ ਤਾਂ ਨਾ ਬਾਰੰਬਾਰ, ਤੈਨੂੰ ਮਿਲਿਆ। ਕਹਿਣ ਲੱਗੇ ਤ੍ਰਿਗਤ ਜੂਨ ਅਚੇਤ, ਸੰਭਵ ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਰਲਭ, ਤਹੀ ਸੰਗਤ ਪੋਚ। ਤੂੰ ਕਿਉਂ ਐਸੀ ਸੰਗਤ ਵਿੱਚ ਚਲਾ ਗਿਆ ਜਿੱਥੇ ਅਚੇਤ ਹੋ ਗਏ? ਲਓ ਇੱਥੇ ਰੁਕਣਾ ਚਾਹੁੰਦਾ, ਤੂੰ ਕਿਉਂ ਅਚੇਤ ਹੋ ਗਿਆ? ਜਿਨ੍ਹਾਂ ਨੂੰ ਚੇਤਨਾ ਨਹੀਂ ਮਿਲੀ ਸੀ ਉਹ ਤਾਂ ਭਲਾ ਅਚੇਤ ਹੁੰਦੇ? ਕਹਿਣ ਲੱਗੇ ਮੈਂ ਤੈਨੂੰ ਚੇਤਨਾ ਨਾਲ ਕਿਉਂ ਜੋੜਨਾ ਚਾਹੁੰਦਾ, ਅਚੇਤਤਾ ਤੋਂ ਕਿਉਂ ਵਰਜਦਾ ਹਾਂ, ਕਿਉਂ ਜਗਾਉਣਾ ਚਾਹੁੰਦਾ? ਕਿਉਂਕਿ ਜਿੰਨਾ ਗੁਨਾਹ ਹੁੰਦਾ ਹੈ ਨਾ, ਸਾਰਾ ਅਚੇਤ ਵਿੱਚ ਹੁੰਦਾ ਹੈ। ਲਓ ਇੱਥੇ ਰੁਕਣਾ, ਜਿੰਨਾ ਪਾਪ ਹੁੰਦਾ ਉਹ ਸਾਰਾ ਅਚੇਤ ਹੋ ਕੇ ਹੁੰਦਾ ਹੈ, ਜਦੋਂ ਮਨੁੱਖ ਦੀ ਪਛਾਣ ਖਤਮ ਹੋ ਜਾਂਦੀ ਹੈ। ਸਮਾਜ ਦੀ ਪਛਾਣ ਖਤਮ ਹੋ ਜਾਏ, ਪਰਿਵਾਰ ਦੀ ਪਛਾਣ ਖਤਮ ਹੋ ਜਾਏ, ਗੁਰੂ ਦੀ ਪਛਾਣ ਖਤਮ ਹੋ ਜਾਏ, ਈਵਨ ਮਨੁੱਖ ਦੇ ਆਪਣੇ ਆਪ ਦੀ ਪਛਾਣ ਖਤਮ ਹੋ ਜਾਏ, ਤਾਂ ਪਾਪ ਉਦੋਂ ਹੋਏਗਾ ਜੇ ਪਰਿਵਾਰ ਵਿੱਚ ਪਤਨੀ ਤੇ ਭੈਣ ਦੀ ਪਛਾਣ ਖਤਮ ਹੋ ਜਾਏ, ਪਾਪ ਹੋ ਜਾਏਗਾ, ਪਾਪ ਹੋ ਜਾਏਗਾ। ਅਸੀਂ ਵੀ ਆਖਾਂਗੇ ਬੜਾ ਗੁਨਾਹਗਾਰ ਹੈ, ਕਿਉਂਕਿ ਇਹਨੂੰ ਪਤਾ ਹੋਣਾ ਚਾਹੀਦਾ, ਆਹ ਮੇਰੀ ਪਤਨੀ ਹੈ, ਆਹ ਮੇਰੀ ਭੈਣ ਹੈ, ਆਹ ਮੇਰੀ ਮਾਤਾ ਹੈ। ਇਸੇ ਤਰ੍ਹਾਂ ਸਮਾਜ ਹੈ, ਸਮਾਜ ਵਿੱਚ ਪੜੋਸੀ ਦੇ ਨਾਲ ਕੀ ਵਰਤਾਓ ਰੱਖਣਾ ਹੈ ਅਤੇ ਭਰਾ ਨਾਲ ਕੀ ਵਰਤਾਓ ਰੱਖਣਾ ਹੈ, ਪਛਾਣ। ਪਿਤਾ ਦੇ ਨਾਲ ਕੀ ਮੇਰਾ ਰਿਸ਼ਤਾ ਹੈ ਅਤੇ ਪੜੋਸੀ ਨਾਲ, ਨੇਬਰ ਨਾਲ ਮੇਰਾ ਕੀ ਰਿਸ਼ਤਾ ਹੈ, ਇਹ ਪਛਾਣ ਹਰ ਵਕਤ ਲੋੜ ਹੈ। ਭਾਈ ਗੁਰਦਾਸ ਨੇ ਬੜੀ ਖੂਬਸੂਰਤ ਇੱਕ ਗੱਲ ਆ ਕਹਿਣ ਲੱਗੇ, ਆਂਬ ਕੀ ਸੱਦਰ ਕਤ ਮਿਤ ਮਿਟਤ ਆਂਬਲੀ ਖਾਏ। ਹੁਣ ਨਾਮ ਦੋਵਾਂ ਦਾ, ਇਮਲੀ ਦਾ ਅਤੇ ਅੰਬ ਦਾ ਇੱਕੋ ਜਿਹਾ ਹੈ, ਪਰ ਇਮਲੀ ਖੱਟੀ ਹੁੰਦੀ ਹੈ, ਉਹਦਾ ਸਵਾਦ ਉਹ ਨਹੀਂ ਹੁੰਦਾ ਜਿਹੜਾ ਅੰਬ ਦਾ ਹੁੰਦਾ। ਅੰਬ ਦੁਨੀਆਂ ਅੰਦਰ ਸਭ ਤੋਂ ਸ੍ਰੇਸ਼ਟ ਫਲ ਮੰਨਿਆ,
सब तो प्यारा फल मने। लोग कहते ने कोई फल ऐसा नहीं जिन्हू मनुख एक बार मूँह चो कढ़े फिर मुड़ू च पावे, फिर कढ़े फिर मूँह च पावे। एक अंब ही है जो चूपदा है उदो अंब चूपन लगे कदे मूँह चो कढ़ फिर पाँदा फिर कढ़ तो नफरत नहीं बनती भी हम झूठा हो गया दोबारा इन मूँह च क्यों पावगा। भाई गुरदास जी ने एक लफज वरते कहन लगे आंब की सदर कत मिटत आमली खाए पिता को प्यार ना पड़ोसी सो पाई है। बापू वाला प्यार हमदर्दी जो ने कुर्बानी अपने संतान लिए करनी के अपने बच्चों लिए करनी वो पड़ोसी ने नहीं कर देनी। इसलिए ओनी आस पड़ोसी ते ना रखी जिन्नी आस पिता ते रखी। तेनू पिता ते पड़ोसी दोनों लफज पप्पे तो जुड़ते ने पर एक ख्याल करी पिता ते पड़ोसी विच फर्क पछाणना जरूरी है। लो ऐसा दा ना पछाण ते जदों चेतना खत्म हो जाती है उदों की हुंदा पछाण खत्म हो जाती। अगे रुकना आप हर गल का हर गोशा पछाणना है समझना है। गुरबाणी है समझने वास्ते पछाण खत्म होने का चेतना खत्म होने का असोच मनुख का होने का जिन्हों आप बेसुरत आखने चेतना खत्म हो गई फलाना बेसुरत हो गया तो बेसुरत जोड़ा वह किसी चीज़ की पछाण नहीं रखता। पर इनकी शुरुआत कितों है लो इतने रुकना चाहना बेसुरती दी जे शुरुआत देखनी हो ते इनका आरंभ कितों है कहन लगे वो नशे तो। हाँ लोग नशे तो नफरत क्यों करते हैं अजकल तो हिंदुस्तान की धरती ते ये इशू बहुत तेजी नाल बढ़ रहा है ते रोज ऐसियां खबर आ रही ने नशे ने नौजवानी नु तबाह कर दिता है। रोज ऐसियां खबर आ रही ने जिथे लोग दरियावां की धरती दरियावां विच अमृत वगदा सी उत्थे दरियावां विच उस पंजाब की धरती ते दरियावां की धरती ते अज नशे दे दरिया वगदे ने लोग परेशान ने। पर मैं पूछना चाहना और गुरबाणी विचों मेरे सामने ख्याल आउंदा जो मैं समझने की कोशिश करना नशे तो नफरत क्यों नफरत क्यों। गुरु ने एक लाइन अंदर इसका फैसला सुना दिता कहन लगे जित पीते मत दूर हो। लो आज उनकी परिभाषा आरंभ हुई जित पीते मत दूर हो बरल पवे विच आए अपना पराया ना पछाण गल पछाण दी आ गई विसुरती चेतना सौ गई। हालांकि यह नशा छोटा है छोटे नशे की अजे गल की ने अपना परायापन ना पछाने निशानी इतों आरंभ होंगी है चेतना खत्म होना अपने पराए की पछाण नहीं रही ये बसुरत हो गया उन्हें पता ही नहीं मैं घर सुता हो सड़क पर डिगया हो पछाण कोई नहीं नशाई है जित पीते मत दूर होए बरल पवे विच आए अपना पराया ना पछाण ही जिदी पछाण खत्म हो गई समझो चेतना खत्म हो गई बेसुरत हो गया।
ਹੁਣ ਜ਼ਰਾ ਅੱਗੇ ਹੋਰ ਵਧੀਆ ਗੁਰਬਾਣੀ ਕੋਲੋਂ ਬਹੁਤ ਜਦੋਂ ਦਰਵਾਜ਼ੇ ਖੁੱਲ੍ਹਦੇ ਨੇ ਬਹੁਤ ਕੁਛ ਮਿਲਦਾ ਹੈ। ਗੁਰੂ ਕਹਿੰਦੇ ਨੇ ਜਿਨ੍ਹਾਂ ਨਸ਼ਿਆਂ ਤੋਂ ਤੂੰ ਘਬਰਾ ਰਿਹਾ ਹੈ, ਬਦਲ ਰਿਹਾ ਹੈ, ਪਰੇਸ਼ਾਨ ਹੈ, ਉਹ ਅਜੇ ਨਸ਼ੇ ਛੋਟੇ ਨਹੀਂ, ਉਹਨਾਂ 'ਤੇ ਕੰਟਰੋਲ ਵੀ ਕੀਤਾ ਜਾ ਸਕਦਾ ਅਤੇ ਹੋ ਵੀ ਰਿਹਾ। ਉਹਨਾਂ ਨਸ਼ਿਆਂ 'ਤੇ ਕੰਟਰੋਲ ਕੀਤਾ ਜਾ ਰਿਹਾ, ਉਹਨਾਂ ਦਾ ਨੁਕਸਾਨ ਵੀ ਸਾਹਮਣੇ ਦਿਸ ਰਿਹਾ। ਹਰ ਮਾਂ ਬਾਪ ਚਾਹੁੰਦਾ ਮੇਰਾ ਪੁੱਤਰ ਨਸ਼ਈ ਨਾ ਹੋਵੇ, ਐਸਾ ਹਰ ਪਾਸੇ ਖਿਆਲ ਆਇਆ। ਪਰ ਗੁਰੂ ਕਹਿੰਦੇ ਨੇ ਕਿਹੜੀ ਅਜੀਬ ਗੱਲ ਹੈ, ਕੁਝ ਨਸ਼ੇ ਉਹ ਵੀ ਨੇ ਜਿਨ੍ਹਾਂ ਦਾ ਮਨੁੱਖ ਨੂੰ ਆਪ ਨੂੰ ਪਤਾ ਨਹੀਂ ਇਹਦਾ ਨੁਕਸਾਨ ਕੀ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਉਹ ਨਸ਼ੇ ਉਹ ਨੇ ਜਿਨ੍ਹਾਂ ਨੂੰ ਅਸੀਂ ਨਸ਼ਾ ਸਮਝ ਨਹੀਂ ਰਹੇ ਹੈ, ਉਹ ਵੀ ਚੇਤਨਾ ਖਤਮ ਕਰਨ ਵਾਲੇ। ਗੁਰੂ ਕਹਿੰਦੇ ਜੋਬਨ ਜੋਬਨ ਧਨ ਪ੍ਰਭ ਦਾਤੇ ਮਦ ਮੈਂ, ਮਦ ਨਾਮ ਨਸ਼ੇ ਦਾ। ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਪੰਜ ਨੇ ਇਹ ਵੀ ਮਦ ਨੇ। ਪਿਛਲੇ ਦਿਨਾਂ ਵਿੱਚ ਬਾਬਾ ਕਬੀਰ ਜੀ ਦੀ ਇੱਕ ਐਗਜ਼ਾਮਪਲ ਆਈ ਸੀ, ਕਾਲਬੂਤ ਕੀ ਹਸਤਨੀ ਮਾਨੇ ਬਹੁਰਾ ਰਹੇ ਚਲਤ ਰਚੀ ਉਹ ਜਗਦੀਸ਼, ਕਾਮ ਸੁਆਏ ਗੱਜ ਗੱਜ ਬਸ ਪ੍ਰੇ ਮਾਨੇ ਬਹੁਰਾ ਰਹੇ, ਉੱਥੇ ਹੀ ਲਫਜ਼ ਬਹੁਰਾ ਸਕਦਾ, ਚੇਤਨਾ ਰਹਿਤ ਚੇਤਨਾਹੀਨ। ਜਿਹਨੇ ਹਾਥੀ ਨੂੰ ਵੱਸ ਵਿੱਚ ਕਰਨਾ ਸੀ, ਨਹੀਂ ਮਨੁੱਖ ਦੇ ਕੋਲ ਇੰਨੀ ਸ਼ਕਤੀ ਕਿੱਥੇ ਹਾਥੀ ਜਿੰਨੀ, ਪਰ ਚੇਤਨਾ ਇਹਦੇ ਕੋਲ ਹਾਥੀ ਨਾਲੋਂ ਜ਼ਿਆਦਾ। ਇਹਨੇ ਵੱਡਾ ਸਾਰਾ ਟੋਇਆ ਪੱਟਿਆ, ਉਸ ਟੋਏ ਉੱਤੇ ਕਾਨਿਆਂ ਦੀ ਛੱਤ ਪਾਈ, ਉੱਤੇ ਇੱਕ ਕਾਗਜ਼ ਦੀ ਹੱਥਨੀ ਬਣਾ ਕੇ ਖੜੀ ਕਰ ਦਿੱਤੀ। ਅਤੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਦਾ ਆਰੰਭ ਕਾਮ ਤੋਂ ਹੈ, ਇਹਨੇ ਹੱਥਨੀ ਨੂੰ ਵੇਖਿਆ ਅਤੇ ਕਾਮੀ ਹੋ ਗਿਆ। ਜਦੋਂ ਹੱਥਨੀ ਵੱਲ ਵਧਿਆ ਅਤੇ ਉਹ ਛੱਤ ਸੀ ਕਾਨਿਆਂ ਦੀ, ਇਹਦੇ ਭਾਰ ਨਾਲ ਟੁੱਟ ਗਈ, ਟੋਏ ਵਿੱਚ ਡਿੱਗ ਪਿਆ। ਕੁਝ ਦਿਨ ਭੁੱਖਾ ਰੱਖਿਆ, ਕਮਜ਼ੋਰ ਪੈ ਗਿਆ, ਮੁੜ ਕੇ ਕੁਝ ਖੁਰਾਕ ਦੇਣੀ ਸ਼ੁਰੂ ਕੀਤੀ, ਅਹਿਸਾਨ ਮੰਨਣ ਲੱਗ ਪਿਆ, ਮਾਲਕ ਦਾ ਹੋ ਗਿਆ। ਹਾਥੀ ਇੱਕ ਅਚੇਤਤਾ ਕਾਰਨ ਪਛਾਣ ਨਹੀਂ ਸਕਿਆ ਪਏ ਇਹ ਤਾਂ ਕਾਗਜ਼ ਦੀ ਹੱਥਨੀ ਹੈ, ਉਹਦੀ ਅਚੇਤਤਾ ਕਾਰਨ ਕਾਮ ਸੁਆਏ ਗੱਜ ਬਸ ਪਰਿਓ ਮਨ ਬੌਰਾ ਰੇ ਅੰਕਸ ਸਹਿਓ ਅਸੀਸ। ਕਾਮ ਇਸੇ ਤਰ੍ਹਾਂ ਕ੍ਰੋਧ ਹੈ, ਕ੍ਰੋਧ ਜਦੋਂ ਮਨੁੱਖ ਨੂੰ ਆਉਂਦਾ ਨਾ ਉਦੋਂ ਉਹ ਇਹ ਨਹੀਂ ਪਛਾਣ ਸਕਦਾ ਵੀ ਮੇਰੀ ਪਤਨੀ ਹੈ, ਮੇਰਾ ਭਰਾ ਹੈ, ਮੇਰਾ ਪਿਤਾ। ਅਸੀਂ ਰੋਜ਼ ਅੱਜ ਵੀ ਵੈਬਸਾਈਟਾਂ 'ਤੇ ਦੇਖਣੇ ਹਾਂ ਇਹੋ ਜਿਹੇ ਕਤਲ ਹੋ ਰਹੇ ਨੇ ਸੱਕੇ ਭਰਾਵਾਂ ਦੇ, ਗੁੱਸੇ ਵਿੱਚ ਕ੍ਰੋਧ ਵਿੱਚ। ਅਤੇ ਕ੍ਰੋਧ ਇਹਦਾ ਮਤਲਬ ਚੇਤਨਾ ਖਤਮ ਕਰ ਦਿੰਦਾ, ਸੋਚ ਸੁਰਤ ਖਤਮ ਕਰ ਦਿੰਦਾ ਜਦੋਂ ਕ੍ਰੋਧ ਆਉਂਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਮੈਨੂੰ ਤਾਂ ਹਰ ਗੱਲ ਬਾਣੀ ਵਿੱਚੋਂ ਲੈਣੀ ਪੈਂਦੀ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ, ਹੇ ਕਲੇਸ਼ ਦੀ ਜੜ ਕ੍ਰੋਧ ਤੂੰ ਬਿਲਕੁਲ ਦਇਆ ਨਹੀਂ ਆਪਣੇ ਹਿਰਦੇ ਵਿੱਚ ਰਹਿਣ ਦਿੰਦਾ, ਜਦੋਂ ਕ੍ਰੋਧ ਆ ਜਾਂਦਾ ਹੈ ਉਦੋਂ ਦਇਆ ਖਤਮ ਹੋ ਜਾਂਦੀ, ਭਰਾ ਨੂੰ ਕਤਲ ਕਰ ਦਿੰਦਾ, ਪਿਤਾ ਨੂੰ ਕਤਲ ਕਰ ਦਿੰਦਾ, ਪਤਨੀ ਨੂੰ ਕਤਲ ਕਰ ਦਿੰਦਾ। ਅਸੀਂ ਰੋਜ਼ ਵੇਖਦੇ ਵੈਬਸਾਈਟਾਂ 'ਤੇ, ਗੁਰੂ ਕਹਿੰਦੇ ਉਹ ਕਿਉਂ ਕਰਦਾ, ਕਿਉਂਕਿ ਅਸੋਚ ਹੋ ਜਾਂਦਾ, ਉਹ ਪਾਪ ਕਰ, ਅਸੀਂ ਉਹਨੂੰ ਪਾਪ ਆਖ ਰਹੇ ਹਾਂ, ਅਦਾਲਤ ਨੇ ਉਹਨੂੰ ਸਜ਼ਾ ਦਿੱਤੀ ਹੈ ਅਤੇ ਤਾਂ ਹੀ ਦਿੱਤੀ ਹੈ, ਉਹਨੇ ਆਖਿਆ ਨੇ ਪਾਪ ਕੀਤਾ, ਨਹੀਂ ਤਾਂ ਅਦਾਲਤਾਂ ਵਿੱਚ ਸਜ਼ਾ ਕਿਉਂ ਕਿਸੇ ਕਤਲ ਦੀ, ਕਿਉਂਕਿ ਕਤਲ ਪਾਪ ਹੈ। ਪਰ ਪਾਪ ਕਤਲ ਜਿਹੜਾ ਪਾਪ ਹੋਇਆ ਹੋਇਆ ਕਿੱਥੇ ਹੈ, ਅਸੋਚ ਹੋ ਕੇ, ਜਦੋਂ ਚੇਤਨਾ ਖਤਮ ਹੋਈ ਹੈ, ਪਛਾਣ ਖਤਮ ਹੋਈ ਹੈ। ਇਸੇ ਤਰ੍ਹਾਂ ਲੋਭ ਹੈ,
ਜਦੋਂ ਲੋਭ ਲਾਲਚ ਹਿਰਦੇ ਵਿੱਚ ਆਉਂਦਾ ਉਦੋਂ ਜਾਇਦਾਦਾਂ ਦੇ ਝਗੜੇ ਪਿੱਛੇ ਭਰਾ ਕਤਲ ਹੁੰਦੇ ਨੇ। ਲੋਭ ਹੈ ਵੀ ਇਹ ਜ਼ਮੀਨ ਦਾ ਚਾਰ ਟੁਕੜਾ ਮੇਰੇ ਹੱਥਾਂ ਹੋਵੇ। ਆਖਰ ਲੋਭ ਵਿੱਚੋਂ ਵੀ ਚੇਤਨਾ ਖਤਮ ਹੋ ਗਈ, ਪਾਪ ਹੋਇਆ, ਉਹਨੇ ਇਹ ਗੱਲ ਭੁੱਲ ਗਿਆ ਵੀ ਮੇਰਾ ਭਰਾ ਹੈ, ਮੇਰਾ ਪਿਤਾ ਹੈ, ਇਹ ਘਰ, ਇਹ ਮਕਾਨ, ਇਹ ਜਾਇਦਾਦ ਇਹਨੇ ਕਿੰਨੀਆਂ ਮੁਸ਼ਕਤਾਂ ਕਰਕੇ ਬਣਾਈ, ਅੱਜ ਮੈਂ ਇਸ ਦਾ ਕਤਲ ਕਰਕੇ ਇਸ ਦਾ ਵਾਰਸ ਬਣਨਾ ਚਾਹੁੰਦਾ, ਮੇਰੇ ਤੋਂ ਬਾਅਦ ਵੀ ਤਾਂ ਕੋਈ ਵਾਰਸ ਹੋਣਾ ਹੁੰਦਾ। ਪਰ ਗੱਲ ਸਾਰੀ ਭੁੱਲ ਜਾਂਦੀ ਤੇ ਕਿਸੇ ਚੀਜ਼ ਨੂੰ ਭੁੱਲ ਜਾਣਾ ਚੇਤਨਾਹੀਨ ਹੋ ਜਾਣਾ। ਤੇ ਗੁਰੂ ਇਹੋ ਗੱਲ ਕਹਿੰਦੇ ਨੇ, ਨਰ ਅਚੇਤ ਪਾਪ ਤੇ ਡਰ ਪਏ। ਇਹ ਮਨੁੱਖ ਅਚੇਤ ਨਾ ਹੋਵੀਂ, ਜਿਸ ਦਿਨ ਤੂੰ ਅਚੇਤ ਹੋ ਗਿਆ ਤੇਰੇ ਕੋਲੋਂ ਪਾਪ ਹੋਣਗੇ। ਜੋਵਨ ਜਵਾਨੀ ਵੀ ਇੱਕ ਨਸ਼ਾ ਹੈ ਜਿਹੜੀ ਭਲਾ ਬੁਰਾ ਨਹੀਂ ਪਛਾਣਦੀ। ਸਤਿਗੁਰ ਬਾਣੀ ਵਿੱਚ ਆ ਦੂਜੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ। ਮਨ ਮੱਤਾ ਅਹਮੇ, ਜਵਾਨੀ ਵੀ ਭਲਾ ਬੁਰਾ ਨਹੀਂ ਪਛਾਣਦੀ, ਉੱਥੇ ਵੀ ਚੇਤਨਾ ਘੱਟ ਜਾਂਦੀ। ਤੇ ਧਨ ਦੌਲਤ ਬਹੁਤ ਸੁੱਖ ਆ, ਕੋਈ ਵੀ ਚੀਜ਼ ਬਹੁਤਾਤ ਜਿਹੜੀ ਤੇਰੇ ਮਿਕਦਾਰ ਤੋਂ ਵਾਧੂ ਆ ਜਾਏਗੀ ਨਾ। ਗੁਰੂ ਨੇ ਸੁੱਖ ਦੇ ਨਾਲ ਦੁੱਖ ਕਿਉਂ ਰੱਖਿਆ ਤੇ ਇਹ ਗੱਲ ਸਮਝਾਉਣ ਦੀ ਕਿਉਂ ਕੋਸ਼ਿਸ਼ ਕੀਤੀ ਕਿ ਸੁੱਖ ਦੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹਦੇ ਆਰੰਭ ਵਿੱਚ ਇੱਕ ਗੱਲ ਬੜੀ ਖੂਬਸੂਰਤ ਆਖੀ, ਕਹਿਣ ਲੱਗੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀ ਹੈ ਸੁੱਖ। ਕਹਿੰਦੇ ਨੇ ਕਿਉਂ ਝੱਖ ਮਾਰਨਾ, ਕਿਉਂ ਬੇਸੁਰਤ ਹੋਣਾ ਚਾਹੁੰਦਾ, ਕਿਉਂ ਨਿਸ਼ਈ ਹੋਣਾ ਚਾਹੁੰਦਾ, ਕਿਉਂ ਅਚੇਤ ਹੋਣਾ ਚਾਹੁੰਦਾ ਜਿਹੜਾ ਬਾਰ ਬਾਰ ਸੁੱਖ 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 ਮੰਗ ਰਿਹਾ ਹੈ, ਨਹੀਂ ਨਾਲ ਦੁੱਖ ਵੀ ਖੜਾ ਹੈ। ਕਹਿਣ ਲੱਗੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹਨੇ ਵੱਖ ਨਹੀਂ ਹੋਣਾ, ਹਰ ਰਾਤ ਦੇ ਨਾਲ ਦਿਨ ਜੁੜਿਆ ਹੋਇਆ ਹੈ, ਹਰ ਦਿਨ ਦੇ ਨਾਲ ਰਾਤ ਜੁੜੀ ਹੋਈ, ਇਹਨਾਂ ਨੇ ਵੱਖ ਨਹੀਂ ਹੋਣਾ, ਤੈਨੂੰ ਦੋਵਾਂ ਵਿੱਚੋਂ ਲੰਘਣਾ ਪੈਣਾ ਹੈ। ਇਸ ਲਈ ਆਪਣੀ ਚੇਤਨਾ ਨੂੰ ਜਗਾ ਕੇ ਰੱਖ ਕੇ ਆਉਣ ਵਾਲੀ ਰਾਤ ਦੇ ਅੰਧੇਰੇ ਵਿੱਚੋਂ ਕਿਵੇਂ ਲੰਘਣਾ ਹੈ, ਤੇ ਜਦੋਂ ਸ਼ਾਮਾਂ ਪੈ ਜਾਣ ਉਦੋਂ ਰਾਤ ਬਾਰੇ ਸੁਚੇਤ ਹੋ ਜਾਈ, ਰਾਤ ਬਾਰੇ ਸੁਚੇਤ ਹੋ ਜਾਈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ, ਕਹਿਣ ਲੱਗੇ ਮੈਂ ਇਹ ਵੀ ਦੇਖਿਆ ਕਿ ਸੁੱਖ ਵੀ ਸੁੱਖੋਂ ਉੱਠਿਆ ਰੋਗ ਪਾਪ ਕਮਾਈ ਹੈ। ਸੁੱਖੋਂ ਰੋਗ ਪੈਦਾ ਹੁੰਦੇ ਨੇ, ਉਹ ਰੋਗ ਕਿਹੜੇ ਨੇ, ਉਹ ਹਉਮੈ ਦਾ ਰੋਗ। ਜੇ ਮਨੁੱਖ ਕੋਲ ਸੁੱਖ ਜ਼ਿਆਦਾ ਆ ਜਾਏ ਤੇ ਹਉਮੈ ਵੀ ਜ਼ਿਆਦਾ ਆ ਜਾਂਦੀ ਹੈ, ਹੰਕਾਰ ਵੀ ਜ਼ਿਆਦਾ ਆ ਜਾਂਦਾ ਹੈ। ਕਿਸੇ ਗਰੀਬ ਨੇ ਵਿਚਾਰੇ ਨੇ ਹੰਕਾਰ ਕੀ ਕਰਨਾ, ਜਿਹਨੇ ਤਾਜ਼ੀ ਰੋਟੀ ਕਮਾ ਕੇ ਖਾਣੀ ਹੈ ਉਹਦੇ ਕਿੱਥੇ ਮਨ ਅੰਦਰ ਹੰਕਾਰ ਆਉਣਾ, ਹੰਕਾਰ ਤਾਂ ਹਮੇਸ਼ਾ ਦੌਲਤਮੰਦ ਕੋਲ ਆਏਗਾ। ਗੁਰੂ ਨੇ ਇਸੇ ਲਈ ਆਖਿਆ ਦੌਲਤ ਮਾੜੀ ਨਹੀਂ, ਪਰ ਤੇਰੀ ਮਿਕਦਾਰ ਤੋਂ ਜ਼ਿਆਦਾ ਇਉਂ ਹੀ ਹੈ ਵੀ ਜਿਵੇਂ ਕੋਈ ਮਨੁੱਖ ਆਮ ਭੋਜਨ ਖਾਣ ਵਾਲਾ ਆਪਣੀ ਲੋੜ ਲਈ ਖਾਂਦਾ ਨਾ, ਰੋਟੀ ਖਾਣੀ ਜ਼ਰੂਰੀ ਹੈ ਪਰ ਰੋਟੀਆਂ ਵੀ ਚਾਰ ਜ਼ਿਆਦਾ ਖਾ ਲਿਓ, ਘਿਓ ਸਟਰੈਂਥ ਲਈ ਮਜ਼ਬੂਤ ਲਈ ਖਾਈਦਾ, ਪਰ ਜੇ ਉਹ ਵੀ ਜ਼ਿਆਦਾ ਖਾ ਲਓ। ਇਸ ਲਈ ਆਪਣੇ 'ਤੇ ਸੁੱਖ ਹਾਵੀ ਨਾ ਹੋਣ ਦੇ, ਆਉਣ ਸੁੱਖ ਤੈਨੂੰ ਲੋੜ ਹੈ, ਸੁੱਖ ਤੇਰੇ ਕੋਲ ਹੋਣ ਪਰ ਦੁੱਖ ਤੈਨੂੰ ਯਾਦ ਰਹਿਣ, ਬਸ ਦੋਵਾਂ ਦਾ ਫਰਕ ਇਹ ਹੈ। ਜਿਵੇਂ ਦਿਨ ਦੇ ਚਾਨਣ ਵਿੱਚ ਰਾਤ ਦੇ ਅੰਧੇਰੇ ਦਾ ਇੰਤਜ਼ਾਮ ਮਨੁੱਖ ਬੈੱਡਰੂਮ ਕਿਉਂ ਬਣਾਉਂਦਾ,
मनुख बिस्तरे क्यों खरीदता है, मनुख बैड क्यों? जे ने सौन की पहला याद अस दिमाग विच आई है भी रात पैनी है, इस अंधेरे विच मैं सौ के रात कटनी है, तो ताई उन्हें इंतजाम किया। इंदा मतलब उन्हें दिन के चानन विच रात याद है। कहन लगे इस तरह सुखा विच हुंदिया होया दुख याद रखी ताकि सुख एक हौमे का रोग ना बढ़न। गुरु ने आख्या दुख दारू सुख रोग भया जा सुख ताम ना होई है। जदों सुख आउंदा उदों रब भी चेते नहीं हुंदा। इसलिए गुरु कहिंदे ने सुख भी एक नशा है, काम क्रोध लोभ मोह हंकार भी एक नशा है, जोबन ते जवानी भी एक नशा है। सिर्फ आ छोटिया नशियां जिहड़े ने इन्हां दा इंतजाम तां कर रहे हैं, ऐस नशे का भी इंतजाम कर ले। ये नशा मिल खत्म होंदा है, इस नशे तो बचना होवे तां कीड़ा है। लो गुरबाणी विच सतगुरु ने आख्या हमें दीर्घ रोग है दारू भी समाए, कृपा करे जे अपनी तां गुर का शब्द कमाए, नानक कहे सुनो जनो इत संयम दुख जाए। ਉਹ ਮਿਲਦਾ ਹੈ ਇਸ ਨਸ਼ੇ ਤੋਂ ਬਚਣਾ ਹੈ। ਜੋਬਨ ਧਨ ਪ੍ਰਭਤਾ ਦੇ ਨਸ਼ੇ ਤੋਂ ਬਦਕੋ, ਪ੍ਰਭਤਾ ਵੀ ਜ਼ਿਆਦਾ ਮਨੁੱਖ ਦੀ ਇੱਜ਼ਤ ਮਾਣ ਸਨਮਾਨ ਹਰ ਪਾਸੇ ਜ਼ਿਆਦਾ ਹੋ ਜਾਂਦਾ, ਤਦ ਵੀ ਨਸ਼ਾ ਹੀ ਹੋ ਜਾਂਦਾ। ਅਤੇ ਗੁਰੂ ਕਹਿੰਦੇ ਨੇ ਹਰ ਨਸ਼ਾ ਜਿਹੜਾ ਹੈ ਮਨੁੱਖ ਦੀ ਚੇਤਨਤਾ ਖਤਮ ਕਰਦਾ ਹੈ, ਅਤੇ ਚੇਤਨਤਾ ਜਿਹੜੀ ਹੈ ਉਹ ਮਨੁੱਖ ਕੱਲੇ ਗਨੀਮਤ ਹੈ। ਉਸੇ ਦੇ ਸਹਾਰੇ ਜੀਵਨ ਸੁਚੱਜਾ ਬਣ ਕੇ ਚੱਲਦਾ ਹੈ, ਅਤੇ ਉਸੇ ਦੇ ਸਹਾਰੇ ਹੀ ਪਾਪਾਂ ਤੋਂ ਬਚਿਆ ਜਾ ਸਕਦਾ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੁਖਾਤਬ ਕਰਕੇ ਇਹੋ ਲਫ਼ਜ਼ ਆਖੇ ਨੇ, ਕਹਿੰਦੇ ਨੇ ਨਰ ਅਚੇ ਪਾਪ ਤੇ ਡਰ ਅਚੇਤਤਾ ਵਿੱਚ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਮਝਾਇਆ, ਅਤੇ ਇਸ ਵਾਰ ਉਸਦਾ ਦੂਸਰਾ ਨਾਮ ਜਿਸ ਨੂੰ ਬੌਰੇ ਨੂੰ ਹੀ ਅਚੇਤ ਆਖਦੇ ਨੇ, ਉੱਥੇ ਵੀ ਚੇਤਨਾ ਖਤਮ ਹੁੰਦੀ ਹੈ, ਇੱਥੇ ਵੀ ਚੇਤਨਾ ਖਤਮ, ਉਹਨਾਂ ਚੀਜ਼ਾਂ ਨਾਲ ਹੀ ਚੇਤਨਾ ਖਤਮ ਹੁੰਦੀ ਹੈ, ਇਹਨਾਂ ਚੀਜ਼ਾਂ ਨਾਲ ਵੀ ਖਤਮ ਹੁੰਦੀ। ਸੋ ਕੁਛ ਚੀਜ਼ਾਂ ਸੰਸਾਰਿਕ ਨਸ਼ਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ, ਜਿਹੜੀਆਂ ਅਸੀਂ ਆਮ ਜੀਵਨ ਵਿੱਚ ਚੁੱਕੀ ਫਿਰਨੇ ਹਾਂ। ਜੇ ਸਾਡਾ ਪਾਪ ਕਿਉਂ ਨਹੀਂ ਖਤਮ ਹੋ ਰਿਹਾ? ਸਤਿਗੁਰੂ ਨੇ ਆਖਿਆ ਗੱਲ ਤਾਂ ਹੀ ਪਾਪ ਕਮਾਏ, ਗੱਲ ਤਾਂ ਹੀ ਦਾ ਮਤਲਬ ਜਿਹੜੀ ਚੀਜ਼ ਹੈ ਇੱਥੇ ਆ ਜਾਏ। ਆਪਾਂ ਕਹਿੰਦੇ ਹਾਂ ਰੋਟੀ ਖਾ ਵੀ ਹੁਣ ਤਾਂ ਮੈਂ ਗੱਲ ਤੱਕ ਭਰ ਗਿਆ, ਰੱਜ ਗਿਆ। ਖਿਆਲ ਕਰਿਓ
साड़ी जिंदगी पाप तो बच नहीं रही, उनका कारण की घर घर पाप दिन ब दिन वध रहे ने। बेशक असी संसार की कहानी नेड़े होकर हुण तो बड़ी आसानी नाल देखी जा सकती, आ कंप्यूटर युग ने दुनिया नू बहुत नेड़े कर दिता, कित्थे की हो रहा है, शाम तक सारी दृश्य साड़ी सारी कहानी मनुखता दी सामने हुंदी, अगे सानू पता नहीं सी लगदा। साडे सामने ये कहानी साबित कर दी है कि पाप हो रहे हैं, ते क्यों हो रहे ने, गुरु बख्शिश करे। आपां आने वाले समय में कल दे सवेर दे दीवाने च मैं कोशिश करेंगा आपां इसे सब्जेक्ट नू अगे लेके तुरिए, क्यों हो रहे ने। इन्हां शब्दां नाल खिमा दा जा चुका, फतेह बुलाओ, वाहिगुरु जी का खालसा, वाहिगुरु जी की फतेह।